साबण हैगा हाथ धोण वाला? हां जी बाजी। अच्छा पहले फिर हाथ धो ले। बहुत आला की गंड खानी तुसी मेरे को? मैं वही कह रहा कि ਨੇ ਕਿਹੜੀ ਗੱਲ ਹੋਈ ਕਿ ਹੱਥ ਧੋ ਕੇ ਤੁਸੀਂ ਚੀਨੀ ਤੂੰ ਇਹੀ ਕਿਹਾ ਉਹ ਮੈਂ ਸੀਰੀਅਸ ਹਾਂ ਹੁਣ ਐਕਟ 'ਚ ਹਾਂ ਜੰਮਜ ਜੰਮਜ ਜੰਮ ਨੰਦ ਹਾਂ ਕਿ ਚਵਲ ਸੀ ਵੀਰੇ ਹੇ ਵੀਰੇ ਪਤਾ ਨਹੀਂ ਮੇਰੇ ਕੋ ਆਪ ਅੱਜ ਨਹੀਂ ਇੱਕ ਮਿੰਟ ਭਾਂਡੇ ਧੋਣ ਵਾਲਾ ਬਰਤਨ ਤੇ ਭਾਂਡੇ ਧੋਣ ਵਾਲਾ ਬਰਤਨ ਮੈਂ ਤੁਹਾਨੂੰ ਦੇ ਦਿੰਦਾ ਤੂੰ ਮੈਨੂੰ ਨਾ ਪਾਈ ਗਿਆ ਆਟੇ ਦਾ ਥੇਲਾ ਕੱਢ ਕੇ ਦੇ ਚੱਲ ਮੇਰਾ ਭਰਾ ਨਾ ਪਾਈਆ ਆਟੇ ਦਾ ਥੇਲਾ ਬਾਜੀ ਮੇਰੇ ਕੋਈ ਛਾਪਰ ਨਹੀਂ ਹੈ ਪਾਈਆ ਦਾ ਮਹਿਮਾਨ ਆ ਰਹੇ ਘਰ ਤੁਸੀਂ ਪਾਈਆ ਆਟਾ ਇਕੱਠਾ ਹੀ ਲੈ ਰਹੇ ਕਿਹੜੇ ਟਰੱਕ ਤੇ ਆਏ ਤੁਸੀਂ ਪਾਈਆ ਆਟਾ ਲੈਣ ਨਾ ਇਹਦੇ ਵਿੱਚ ਪੈਪ ਕਿੰਨੇ ਲਾਣਾ ਵਾ ਤੁਸੀਂ ਛੜਕਾਉਣਾ ਇਹਨੂੰ ਮੈਂ ਦੇਨ ਤੇ ਲਿਖ ਲਿਆ ਦਿਲ ਤੇ ਲਿਖ ਲਿਆ ਵਾ ਕਿ ਤੈਨੂੰ ਅੱਗੇ ਤੋਂ ਧਾਰ ਨਹੀਂ ਦੇਣਾ ਪੈਸੇ ਦਊਂਗੀ ਸਮਾਨ ਲੈ ਜਾ 4500 ਜੇ ਨਾ ਦਿੱਤਾ ਤੇ ਮੈਂ ਤੈਨੂੰ ਆ ਉੱਥੇ ਬੰਨ ਲੈਣਾ ਅੱਛਾ ਤੂੰ ਮੈਨੂੰ ਦੱਸ ਸ਼ੈਂਪੂ ਕਿਹੜਾ ਵਧੀਆ ਵਾ ਸ਼ੈਂਪੂ ਬਾਜੀ ਜੇ ਤੁਸੀਂ ਨਾ ਇਸਤੇਮਾਲ ਕਰੋ ਤੇ ਸਾਰੇ ਵਧ ਜਾਂਦੇ ਨੇ ਅੱਛਾ 17 ਸਾਲਾਂ ਦੀ ਨਹੀਂ ਮੈਂ ਹੋਈ ਕਿੰਨੇ ਦੀ 17 ਸਾਲਾਂ ਦੀ ਨਹੀਂ ਹੋਈ ਮੈਂ ਹਲੇ ਤੇ ਜਿਹੜਾ ਪਹਿਲੇ ਕਹੀਦਾ ਹੁੰਦਾ 217 ਉਹ ਵੀ ਕਹਿਣਾ ਨਾ ਭਾਂਡੇ ਧੋਣ ਵਾਲੀ ਗੁੱਜੀ ਹੈਗੀ ਆ ਹਾਂਜੀ ਹੈ ਵਾ ਤੁਹਾਡੇ ਮੂੰਹ ਤੇ ਮਾਰ ਲੈ ਸਾਫ਼ ਹੋ ਜਾ ਸ਼ਾਇਦ ਕਿਉਂ ਮੇਰੇ ਮੂੰਹ ਤੇ ਤਰੀ ਡੁੱਲੀ ਹਾਂ ਜਾਨੂ ਮੈਂ ਨਾ ਬਸ ਆ ਰਹੀ ਹਾਂ ਘਰ ਆ ਰਹੀ ਹਾਂ ਸੌਦੇ ਮੈਂ ਕਿਹਾ ਲੈਵਾਂ ਨਾ ਰਾਸ਼ਨ ਮੁੱਕਿਆ ਵਾ ਘਰ ਕੋਈ ਸ਼ੈ ਨਹੀਂ ਹੈ ਤੁਸੀਂ ਦੇਖ ਲਓ ਹਾਲੇ ਤੱਕ ਮੈਨੂੰ ਪੈਸੇ ਨਹੀਂ ਦਿੱਤੇ ਤੁਸੀਂ ਤਾਂ ਚਾਰ ਚਾਰ ਰੱਖੀਆਂ ਵਾ ਨਹੀਂ ਖਰਚੇ ਚੁੱਕੇ ਜਾਂਦੇ ਬੰਦਾ ਨਾ ਰੱਖੇ ਚਲੋ ਤੁਸੀਂ ਟੈਨਸ਼ਨ ਨਹੀਂ ਲੈਣੀ ਠੀਕ ਆ ਮੈਂ ਸਦਕੇ ਜਾਵਾਂ ਮੈਂ ਮੇਰਾ ਆਧਾਰ ਦੇਣਾ ਨਾ ਕੋਈ ਨਹੀਂ ਮੈਂ ਫਿਰ ਕਹਾਣੀ ਪਾ ਲਵਾਂਗੀ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਆਈ ਬਸ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਆ ਬਾਜੀ ਮੈਂ ਠੀਕ ਆ ਵੀਰੇ ਤੂੰ ਸੁਣਾ ਬੜੇ ਦਿਨਾਂ ਬਾਅਦ ਚੱਕਰ ਲਾਇਆ ਵਾਹ ਮਸਰੂਫ ਆ ਨਾ ਤੁਹਾਡੇ ਘਰ ਮਸਰੂਫ ਬੰਦੇ ਨੂੰ ਭੁੱਖ ਨਹੀਂ ਲੱਗਦੀ ਨਹੀਂ ਲੱਗਦੀ ਹੈ ਤੈਨੂੰ ਕੀ ਪਤਾ ਏ ਡੇਡੇ ਵੱਡੇ ਕੰਮ ਜੋ ਅਸੀਂ ਕਰਦੇ ਪਏ ਆ ਟਾਈਮ ਫਿਰ ਕਿੱਥੇ ਲੱਗਦਾ ਵੀਰੇ ਕਿੱਡੇ ਵੱਡੇ ਕੰਮ ਕਰਦੇ ਫਿਰ ਤੁਸੀਂ ਕਿਹੜਾ ਬੈਰੀਅਰ ਟੋਨ ਕੱਟ ਰਹੇ ਨਵਾਂ ਸਰ ਨਹੀਂ ਨਹੀਂ ਫਿਰ ਪਤਾ ਬੰਦਾ ਫੇਮਸ ਹੋਵੇ ਵੀਰਾ ਖਾਨ ਹੈ ਵੱਡੇ ਪ੍ਰੋਜੈਕਟ ਆ ਪ੍ਰੋਗਰਾਮ ਕਰਨੇ ਹੁੰਦੇ ਤੈਨੂੰ ਪਤਾ ਵਾ ਹੋਰ ਵੀ ਆ ਰਹੇ ਆ ਕੰਮ ਸ਼ੰਮ ਤੇ ਮੁਲਕੋ ਬਾਹਰ ਵੀ ਜਾਣਾ ਪੈਂਦਾ ਕਦੀ ਕਦੀ ਅੱਛਾ ਅੱਛਾ ਅੱਲਾ ਪਾਕ ਤੈਨੂੰ ਹੋਰ ਇੱਜ਼ਤ ਦੇਵੇ ਭੈਣੇ ਤੇ ਅੱਲਾ ਪਾਕ ਤੈਨੂੰ ਫਿਰ ਪੈਸੇ ਵੀ ਦੇਵੇ ਜਿਨ੍ਹਾਂ ਦੇ ਤੂੰ ਦੇਣੇ ਤੂੰ ਉਹਨਾਂ ਨੂੰ ਦੇਵੇਂ ਐਡੇ ਵੱਡੇ ਸਟਾਰਾਂ ਦੇ ਵੈਸੇ ਕਰਜ਼ਾ ਹੁੰਦਾ ਹੀ ਆ ਹਨਾ ਆ ਤੇ ਨਿੱਕੀ ਨਿੱਕੀ ਗੱਲ ਆ ਅਸੀਂ ਵੀ ਤੇ ਰਬਾ ਖਰਬਾ ਪਿਆ ਲੈਣਾ ਲੋਕਾਂ ਕੋਲੋਂ ਬਜੇ ਤੁਹਾਡੀ ਨਿੱਕੀ ਨਿੱਕੀ ਗੱਲ ਤੇ ਸਾਡੇ ਘਰ ਚੱਲਦੇ ਨੇ ਇਹ ਤੁਸੀਂ ਨਿੱਕੀ ਨਿੱਕੀ ਗੱਲ ਜੇ ਵਾਪਸ ਕਰ ਦਵੋ ਨਾ ਤੇ ਅਸੀਂ ਖੁਸ਼ ਹੋ ਜੀ ਚਲ ਹਾਉ ਦੇਖ ਅੱਜ ਮੈਂ ਸੌਦਾ ਲੈਣ ਆਈ ਆ ਤੈਨੂੰ ਪਤਾ ਰਾਸ਼ਨ ਘਰ ਦਾ ਮੁੱਕਿਆ ਹੋਇਆ ਵਾ ਤੇ ਹੋਰ ਕਿਹੜਾ ਤੂੰ ਮੇਰੇ ਕੋ ਸਲਾਹ ਲੈਣ ਆਈ ਆ ਸੌਦਾ ਹੀ ਲੈਣ ਹੋਣਾ ਹੈ ਆਹੋ ਮੈਂ ਕਿਹਾ ਤੇਰੇ ਭਾਈ ਨੂੰ ਮੈਂ ਕਿਹਾ ਮੈਂ ਸੌਦਾ ਲੈ ਕੇ ਹੁਣੀ ਆਂਦੀ ਆ ਓਏ ਉਹਦਾ ਨਾਂ ਨਾ ਲਿਆ ਕਰ ਮੇਰੇ ਉਹਨੇ ਤੈਨੂੰ ਹਰ ਬੰਦੇ ਦਾ ਕਰਜਾਈ ਕੀਤਾ ਵਾ ਪੈਸੇ ਤੇ ਕੋ ਦੇ ਨਹੀਂ ਹੁੰਦੇ ਪਏ ਅੱਲਾ ਨੇ ਤੈਨੂੰ ਨਾਮ ਦਿੱਤਾ ਵਾ ਤੇ ਤੂੰ ਉਹ ਜਿੱਥੇ ਜਾਨੀ ਆ ਤੂੰ ਭਾਇਨ ਭਾਇਨ ਕੀਤੀ ਆ ਉਹ ਤੇਰਾ ਹੀ ਆ ਹੋਰ ਰੱਖ ਲੈ ਉਹਦਾ ਨਾਂ ਨਾ ਲਿਆ ਕਰ ਤੂੰ ਛੱਡ ਹੱਥ ਧੋਣ ਵਾਲਾ ਸਾਬਣ ਹੈਗਾ ਹਾਂਜੀ ਭਾਜੀ ਕਿਹੜਾ ਲੈਣਾ ਬਸ ਤੂੰ ਹੱਥ ਧੋ ਕੇ ਨਾ 10 ਕਿਲੋ ਚੀਨੀ ਤੇ ਜ਼ਰਾ ਪਾਈ ਨਹੀਂ ਭਾਜੀ ਕੀ ਤੁਹਾਨੂੰ ਹੁਣ ਚੀਨੀ ਦੇਣੀ ਤੇ ਮੈਂ ਸਪੈਸ਼ਲ ਤੁਹਾਡੇ ਲਈ ਹੱਥ ਧੋਵਾਂ ਆਹੋ ਪਤਾ ਨਹੀਂ ਕਿੰਨੇ ਮਹੀਨੇ ਹੋਏ ਤੂੰ ਧੋਤੇ ਨਹੀਂ ਤੁਸੀਂ ਮੈਨੂੰ ਲਿਖਾ ਦੋ ਨਾ ਇੱਥੇ ਇੱਕੋ ਵਾਰੀ ਸਮਾਨ ਫਿਰ ਮੈਂ ਇਕੱਠਾ ਕੱਢ ਲੈਣਾ ਵੱਡੀ ਲਿਸਟ ਬਣਾਣੀ ਆ ਹਾਂ ਪੇਪਰ ਤੇ ਵੱਡਾ ਫੜ ਪੇਪਰ ਹੁਣ ਮੈਂ ਕਿੱਡਾ 10ਵੀਂ ਦਾ ਲਿਆ ਨਹੀਂ ਆ ਵੀ ਚੱਲ ਜਾਏਗਾ ਆ ਵੀ ਚੱਲ ਜਾਏਗਾ ਓਕੇ ਦੱਸੋ ਕਿ ਕੀ ਆ ਅੱਧਾ ਕਿਲੋ ਚੀਨੀ ਹੋ ਗਈ ਆਹੋ ਤੈਨੂੰ ਤੇ ਪਤਾ ਮੈਂ ਵਾਵਾ ਦਿਨਾਂ ਬਾਅਦ ਆਈ ਆ ਤੇ ਰਾਸ਼ਨ ਦੀ ਲਿਸਟ ਜ਼ਰਾ ਲੰਬੀ ਬਣਾਵਾਂਗੇ ਨਾ ਓਕੇ ਅੱਧਾ ਕਿਲੋ ਚੀਨੀ ਹੋ ਗਈ ਬਾਜੀ ਹੋਰ ਆਹੋ ਤੇ ਹੋਰ ਸਾਬਣ ਤੇ ਹੈਗਾ ਨਾ ਹੱਥ ਹਾਂਜੀ ਹਾਂਜੀ ਦੱਸੋ ਕਿਹੜਾ ਲੈਣਾ ਹੈ ਨਹੀਂ ਬਸ ਹੱਥ ਧੋ ਲਈ ਚੋਲ ਵੀ ਕਰ ਦੇਣਾ 2 ਕਿਲੋ ਚੋਲ ਵੀ ਪੈਕ ਕਰਨੇ ਬਾਜੀ ਤੂੰ ਨਾ ਮਖੌਲ ਕਰਦੀ ਆ ਕਿ ਮੇਰੇ ਹੱਥਾਂ 'ਚ ਕੀ ਦੇਖ ਲਿਆ ਤੂੰ ਮੈਂ ਕਿਹੜਾ ਮੋਟਰਸਾਈਕਲ ਦਾ ਇੰਜਨ ਕਰਕੇ ਆਇਆ ਕਿ ਹੱਥ ਧੋ ਕੇ ਤੇਰਾ ਸਮਾਨ ਤੈਨੂੰ ਪਤਾ ਇਹ ਜਮਸ ਫੈਲਦੇ ਤੂੰ ਤੇ 2-2 ਮਹੀਨੇ ਨਹਾਣਾ ਹੁੰਦਾ ਨਹੀਂ ਬਾਜੀ ਜਮਸ ਸਾਰੇ ਮੇਰੇ ਹੱਥਾਂ ਦੇ ਹੀ ਆ ਤੂੰ ਮੈਨੂੰ 2 ਵਾਰੀ ਹੱਥ ਧਵਾਤੇ ਆ ਇੰਨੀ ਵਾਰੀ ਤੇ ਮੇਰੀ ਮਾਂ ਨੇ ਨਹੀਂ ਧਵਾਏ ਮੇਰੇ ਹੱਥ ਦੇਖ ਤੂੰ ਜੇ ਨਹਾ ਲਿਆ ਕਰੇ ਨਾ ਤੇ ਫੇਰ ਵੀ ਸਮਝ ਆਂਦੀ ਆ ਅੱਛਾ ਹਾਂ ਚਲੋ ਜੀ ਕਿੰਨੇ ਚੌਲ ਕਰਨੇ ਤੁਸੀਂ 2 ਕਿਲੋ ਚੌਲ 2 ਕਿਲੋ ਚੌਲ ਕਰਨੇ ਆ ਤੇ ਆਪਾਂ ਕੋ ਦਾਲਾਂ ਕਿਰੀਆਂ ਕਿਰੀਆਂ ਵਾ ਦਾਲਾਂ ਬਾਜੀ ਦਾਲ ਮਾਸ਼ਾ ਦਾਲ ਚਣਾ ਵਾ ਤੁਸੀਂ ਕਿਹੜੀ ਕਿਹੜੀ ਲੈਣੀ ਮਾਂ ਦੀ ਦਾਲ ਹੈ ਹਾਂਜੀ ਮਾਂ ਦੀ ਹੈ ਪਿਓ ਦੀ ਹੈ ਖਾਲਾਂ ਦੀ ਹੈ ਇਹ ਪਿਓ ਦੇ ਚੌਲ ਹੀ ਪੱਕਦੇ ਸਾਡੇ ਘਰ ਤੇ
अच्छा हां ठीक हो गए कि नहीं करनी दाल केड़ी करनी तुस पहले तो ना मां दी दाल कर दे मां बहुत ही चंगी हुंदी है तू 3 किलो मां कर दे 3 किलो मां हाथ धोने हां हो ती धोने ही पड़े है 3 किलो दाल मां आगे की चाहिदा तन बाकी दाल चना दाल साडे को मूंगी मसरा दी या काले चने चिट्टे चने ਸਾਡੇ ਕੋਲ ਸਾਰ ਸ਼ੈ ਵੀ ਬਲੈਕ ਐਂਡ ਵਾਈਟ ਚਣੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨਾ ਮੂੰਗੀ ਕਿਹੜੇ ਰੰਗ ਦੀ ਦਾਲ ਹੁੰਦੀ ਹੈ ਮੂੰਗੀ ਮੂੰਗੀ ਹੈ ਕਲਰ ਦੀ ਬਾਜੀ ਮੂੰਗੀ ਕਲਰ ਦੀ ਹੁੰਦੀ ਹੈ ਚਲੋ ਵੀ ਕਰ ਦੇਈ ਪਰ ਹੱਥ ਧੋ ਕਿੰਨੀ ਕਰਨੀ ਹੈ ਦਾਲ ਮੂੰਗੀ ਦੀ ਤੂੰ ਕਿਲੋ ਕਰ ਦੇ ਕਿਲੋ ਕਰਤੀ ਮੈਂ ਦਾਲ ਮੂੰਗੀ ਦੀ ਇਹਦੇ ਤੇ ਵੀ ਹੱਥ ਧੋਣੇ ਆ ਜੀ ਮੈਂ ਹੱਥ ਬਣਾਈ ਜਾਣੇ ਆ ਅੱਗੇ ਖੋਲ ਕਰ ਰਿਹਾ ਵੀਰੇ ਨਹੀਂ ਬਾਜੀ ਮੈਨੂੰ ਯਾਦ ਰਹੂਗਾ ਨਾ ਕਿ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਹੱਥ ਧੋ ਮੇਰੀ ਭੈਣ ਨਾ ਹੱਥ ਧਵਾ ਕੇ ਮੇਰੇ ਪਿੱਛੇ ਪੈ ਗਈ ਅੱਛਾ ਤੂੰ ਮੈਨੂੰ ਦੱਸ ਸ਼ੈਂਪੂ ਕਿਹੜਾ ਵਧੀਆ ਵਾ ਸ਼ੈਂਪੂ ਬਾਜੀ ਜੇ ਤੁਸੀਂ ਨਾ ਇਸਤੇਮਾਲ ਕਰੋ ਤੇ ਸਾਰੇ ਵਧ ਜਾਂਦੇ ਨੇ ਅੱਛਾ ਹਾਂ ਤੇ ਜੇ ਇਸਤੇਮਾਲ ਕਰੋ ਤੇ ਭਵੇਂ ਬੱਚੀ ਲੈ ਲਓ ਸ਼ੈਂਪੂਆਂ ਦੀ ਅੱਛਾ ਉਸ ਤੋਂ ਬਾਅਦ ਆ ਸ਼ੈਂਪੂਆਂ ਦਾ ਵੱਡਾ ਮੁੰਡਾ ਆ ਸ਼ੈਂਪੂਆਂ ਦਾ ਸਭ ਤੋਂ ਵੱਡਾ ਤੂੰ ਮੈਨੂੰ ਬੱਚੀ ਦੇ ਦੇ ਹਰੇ ਰੰਗ ਦੀ ਬੱਚੀ ਆ ਜਿਹੜੀ ਹਾਂ ਆ ਪੈਕ ਇੱਕ ਸ਼ੈਂਪੂ ਹੋ ਗਈ ਹਾਂ ਸ਼ੈਂਪੂ ਹੋ ਗਈ ਬੱਚੀ ਛੋਟਾ ਹੱਥ ਧੋਣੇ ਨਹੀਂ ਇਹਦੇ ਤੇ ਨਹੀਂ ਇਹਦੇ ਤੇ ਖੈਰ ਹੈ ਤੇਰਾ ਖਾਣਾ ਵਾ ਸ਼ੁਕਰ ਹੈ ਤੇਰੇ ਮੂੰਹ ਤੋਂ ਇਹ ਤੇ ਨਿਕਲਿਆ ਮੈਨੂੰ ਤੂੰ ਇਹ ਦੱਸ ਵੀਰੇ ਇਹ ਰੱਦਾ ਮੂੰਹ ਕਿਉਂ ਨਹੀਂ ਆ ਸਾਰਾ ਦੇਖ ਤੇ ਸਹੀ ਪੂਰਾ ਨਜ਼ਰ ਨਹੀਂ ਆ ਰਿਹਾ ਬਜੀ ਟੀਰੀ ਆ ਉਹਦੀ ਅਕਲ ਕੋਈ ਨਹੀਂ ਟੀਰੀ ਹਾਂ ਲੋਕ ਇਹਨੂੰ ਜੁਗਤਾ ਮਾਰਦੇ ਸੀ ਤੂੰ ਕੀ ਕਹਿਣਾ ਵਾ ਭਵੇਂ ਉਹਦੀਆਂ ਦੋਵੇਂ ਦੇਖਦੀਆਂ ਹੁਣ ਭਵੇਂ ਤੂੰ ਵਾਲਾਂ ਤੇ ਲਾਉਣਾ ਵਾ ਲੈਣਾ ਆ ਤੇਰੀ ਵੀ ਵਾਵਾ ਉਮਰ ਹੋ ਗਈ ਆ ਕਲਰ ਵਾਲੀ ਦੱਸ ਹਲੇ ਨਾ 17 ਸਾਲਾਂ ਦੀ ਨਹੀਂ ਮੈਂ ਹੋਈ ਕਿੰਨੇ ਦੀ 17 ਸਾਲਾਂ ਦੀ ਨਹੀਂ ਹੋਈ ਮੈਂ ਹਲੇ ਤੇ ਜਿਹੜਾ ਪਹਿਲੇ ਕਹੀਦਾ ਹੁੰਦਾ 217 ਉਹ ਵੀ ਕਹਿਣਾ ਨਾ ਤੂੰ ਛੱਡ ਦੇ ਤੂੰ ਮੈਨੂੰ ਦੱਸ ਉਹ ਵਾਲਾ ਸਰਫ ਰੱਖਿਆ ਹੀ ਉਹ ਵਾਲਾ ਨਹੀਂ ਰੱਖਿਆ ਭਾਜੀ ਸਾਡੇ ਕੋਲ ਸਰਫ ਐਕਸਲ ਆ ਏਰੀਅਲ ਆ ਨਹੀਂ ਨਹੀਂ ਉਹ ਹਰ ਮਸ਼ਹੂਰ ਚ ਨਹੀਂ ਆਂਦਾ ਦਾਗ ਤੋਂ ਅੱਛੇ ਹੁੰਦੇ ਆ ਹਰ ਕੋਈ ਉਹਨਾਂ ਧੋਂਦਾ ਵਾ ਹਾਂ 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 ਕੀਰਾ ਸਰਫ ਐਕਸਲ ਭਾਜੀ ਆਹੋ ਐਕਸਲ ਤੂੰ ਮੈਨੂੰ ਉਹ ਦੱਸ ਕਿ ਇਹ ਨੀਅਤ ਤੇ ਦਿਲ ਸਾਫ ਕਰ ਦਿੰਦਾ ਸਰਫ ਕਿਉਂ ਪੀਣਾ ਤੁਸੀਂ ਨਹੀਂ ਪਿਆਉਣਾ ਸੀ ਕਿਸੇ ਨੂੰ ਕਿਨੂੰ ਆਏ ਹੈ ਮੈਂ ਉਂਝ ਪੁੱਛ ਰਹੀ ਆ ਨਾ ਅੱਛਾ ਹੈਗਾ ਵਾ ਮਸ਼ਹੂਰੀ ਆਂਦੀ ਨਹੀਂ ਬਾਜੀ ਮੈਨੂੰ ਨਹੀਂ ਪਤਾ ਮੈਂ ਕਿਹੜਾ ਆਪਣੇ ਹੱਥੀ ਬਣਾਇਆ ਮੈਨੂੰ ਨਹੀਂ ਪਤਾ ਸ਼ੇਅਰ ਕਰ ਦੇਵੇ ਤੁਸੀਂ ਪੀ ਕੇ ਚੈੱਕ ਕਰ ਲੈਣਾ ਜੇ ਦਿਲ ਸਾਫ ਹੋ ਗਿਆ ਤੇ ਤੁਸੀਂ ਫਿਰ ਮੈਨੂੰ ਮੇਰੇ ਪੈਸੇ ਦੇ ਜੂਗੇ ਯਾਦ ਹੈ ਨਾ ਤੁਹਾਨੂੰ ਹਾਂ ਹਾਂ ਯਾਦ ਆ ਹੋਰ ਗੱਲਾਂ ਦੀਆਂ ਗੱਲਾਂ ਗਲਾ ਖੁਸ਼ਕ ਹੋ ਗਿਆ ਮੇਰਾ ਪੂ ਨਾ ਮੈਨੂੰ ਨਾ ਉਹ ਕੋਕੋ ਬੋਤਲ ਬੁਲਾ ਮੇਰੇ ਤੋਂ ਸੰਗ ਖੁਸ਼ਕ ਹੋ ਗਿਆ ਕਿਹੜੀ ਕੋਕੋ ਉਹ ਤਾਂ ਨਹੀਂ ਜਿਹੋ ਜੀ ਕੋਕੋ ਉਦਾਂ ਦੇ ਕੋਕੋ ਦੇ ਬੱਚੇ ਵੇ ਨਹੀਂ ਹਾਂ ਉਹ ਨਹੀਂ ਨਿਕਲਿਆ ਗਾਣਾ ਕੋਕੋ ਕੋਕੋ ਤੇਰੀ ਮਾਂ ਵੀ ਕੋਕੋ ਤੇਰਾ ਪਿਓ ਵੀ ਕੋਕੋ ਮੇਰਾ ਗਾਗ ਵੀ ਕੋਕੋ ਇਹਨੂੰ ਕੋਈ ਕੋਕੋ ਯਾਰ ਉਹ ਬੋਤਲ ਤੇ ਲਿਆ ਕੋਕ ਦੀ ਜਿਹੜੀ ਹੁੰਦੀ ਆ ਤੇ ਉਹ ਤੋਂ ਕੱਢ ਲਓ ਤੁਹਾਨੂੰ ਕੋਈ ਕੋਕ ਟੋਕ ਨਹੀਂ ਹੈ ਮੇਰੀ ਦੁਕਾਨ 'ਚ ਜਿੱਥੋਂ ਮਰਜ਼ੀ ਕਿਸੇ ਸਮਾਨ ਨੂੰ ਫੜ ਲਓ ਚੱਲ ਕਿਹੜੀ ਪੀਣੀ ਆ ਲੀਟਰ ਵਾਲੀ ਲੈ ਆਵਾਂ ਉਹ ਨਹੀਂ ਨਿੱਕੀ ਜਿਹੜੀ ਹੁੰਦੀ ਨਾ ਨਿੱਕੀ 2 ਸਾਲ ਦੀ ਲੈ ਆਵਾਂ ਤੇ ਨਹੀਂ ਨਹੀਂ ਉਹ ਜਿਹੜੀ 2 ਮਹੀਨਿਆਂ ਦੀ ਉਹ ਲੈ ਆ 2 ਮਹੀਨਿਆਂ ਦੀ ਤੂੰ ਕੀ ਕਰਨਾ ਮੈਂ ਲੈ ਕੇ ਆਉਣਾ ਬਾਜੀ ਵੇ ਆਇਆ ਹੁਣ ਕਿੰਨੀ ਦੇਰ ਲਾਣੀ ਆ ਉਹ ਛੋਟੀ ਆ ਨਾ ਤੇ ਸੁੱਤੀ ਪਈ ਸੀ ਕਿੰਨੀ ਕ ਦੇਰ ਲੱਗ ਗਈ ਬਾਜੀ ਉਹ ਨੁਕਰ ਚ ਤੇ ਲਿਆਉਣੀ ਸੀ ਨਾ ਇਹਦੇ ਵਿੱਚ ਪੈਪ ਕਿੰਨੇ ਲਾਣਾ ਵਾ ਤੁਸੀਂ ਛਿੜਕਾਉਣਾ ਇਹਨੂੰ ਵੇ ਪੀਣੀ ਆ ਵੇ ਬੋਤਲ ਇਹ ਤੇ ਪੀ ਲੋ ਬਾਜੀ ਇਦਾਂ ਰੱਬ ਨੇ ਤੁਹਾਡੇ ਕਿਹੜਾ ਬੋਲ ਚ ਸਰਾਖ ਖੰਡੀ ਆ ਨਹੀਂ ਮੈਂ ਇੱਡੀ ਸੋਹਣੀ ਲਿਪਸਟਿਕ ਲਾਈ ਆ ਅੱਜ ਤੂੰ ਪੈਪ ਲਿਆ ਖਰਾਬ ਹੋ ਜਾਣੀ ਆ ਤੇ ਮੇਰਾ ਪੈਪ ਵੀ ਖਰਾਬ ਹੋ ਜਾਣਾ ਨਾ ਨਹੀਂ ਤੇਰੇ ਲਿਪਸਟਿਕ ਖਰਾਬ ਵੀ ਹੈ ਨਹੀਂ ਨਸ਼ੇ ਤੇ ਲੱਗ ਜਾਣੀ ਤੇਰੀ ਲਿਪਸਟਿਕ ਗਲਤ ਮੁੰਡੇ ਨਾਲ ਫੇਰਦੀ ਤੇਰੀ ਲਿਪਸਟਿਕ ਵੇ 25 ਰੁਪਏ ਦੀ ਮੈਂ ਖਰੀਦੀ ਹੈ ਤੂੰ ਚਾਹੁੰਦਾ ਮੁੱਕ ਜਾਵੇ ਇੱਕ ਮਹੀਨੇ 'ਚ ਨਾਮ ਕੀ ਹੈ ਆਪਣਾ ਭਲਾ ਅਬੀਰਾ ਖਾਨ ਸਬਸਕ੍ਰਾਈਬਰ ਕਿੰਨੇ ਆਪਣੇ ਚੈਨਲ ਦੇ ਇਹ 5.5 ਲੱਖ ਪੌਣੇ 5 ਲੱਖ ਤੇ 25 ਰੁਪਏ ਦੀ ਲਿਪਸਟਿਕ ਓਕੇ ਹੈਲੋ ਬਾਜੀ ਤੂੰ ਮੰਦਰ ਹੀ ਇੰਜ ਦਾਸੀ ਜਾਂ ਹੁਣ ਹੋਇਆ ਵਾ ਨਹੀਂ ਜਦੋਂ ਦੇ ਨਾ ਮੇਰੇ ਨਾਲ ਲੋਕ ਆਧਾਰ ਕਰਨ ਲੱਗ ਪਏ ਉਦੋਂ ਨਾ ਮੈਂ ਇਦਾਂ ਦਾ ਹੋ ਗਿਆ ਸਖ ਅੱਛਾ ਪੈਪ ਠੀਕ ਆ ਕਿ ਹੁਣ 3 ਇੰਚੀ ਦਾ ਲਿਆ ਵਾ ਕੀ ਮੈਂ ਪਰ ਨਾਲਾ ਲਾਣਾ ਵਾ ਪੀਣੀ ਆ ਬੋਤਲ ਵੈਸੇ ਇਸ ਮੂੰਹ ਨੂੰ 3 ਇੰਚੀ ਦਾ ਹੀ ਚਾਹੀਦਾ ਅੱਛਾ ਚੱਲ ਤੂੰ ਅੱਗੇ ਸਮਾਨ ਤੇ ਲਿਖ ਅੱਗੇ ਲਿਖਾਓ ਤੁਹਾਡੀ ਆਖਰੀ ਸੀਗੀ ਸ਼ੈਂਪੂ ਆ ਬੋਤਲ ਵੀ ਲਿਖਣ ਲੱਗਾ ਮੈਂ ਕਿ ਨਗਦੀ ਕਰੂੰਗੇ ਲਿਖ ਲੈ ਕਰਦੇ ਆ ਹਿਸਾਬ ਓਕੇ ਹੋ ਗਿਆ ਹਿਸਾਬ ਕਰਕੇ ਜਾਉਂਗੀ ਨਾ ਮੇਰੀ ਭੈਣ ਤੂੰ ਟੈਨਸ਼ਨ ਨਾ ਲੈ ਮੈਂ ਤੇਰਾ ਸਾਰਾ ਹਿਸਾਬ ਕਰ ਦੂੰਗੀ ਅੱਛਾ ਤੇ ਹਾਂ ਤੇਰੀ ਨੇਕੀ ਬੁਰਾਈਆਂ ਦਾ ਸਾਰਾ ਹਿਸਾਬ ਹੈ ਜਿਹੜੇ ਤੂੰ ਕਰਦਾ ਨਾ 2 ਨੰਬਰ ਕਰਕੇ ਜਾਉਂਗੀ ਸਾਰਾ ਜਿਹੜਾ ਇੱਥੇ ਮਸਲਨ ਕਿ ਕੈਮਰਾ ਲਾਇਆ ਤੈਨੂੰ ਪਤਾ ਮੈਂ 2 ਨੰਬਰੀਆਂ ਕਰਦਾ ਜਾਂ ਨਹੀਂ ਅੱਲਾ ਦਾ ਸ਼ੁਕਰ ਆ ਕਦੀ ਨਹੀਂ 2 ਨੰਬਰੀ ਕੀਤੀ
ਬਲਕਿ ਦੋ ਨੰਬਰ ਬੰਦੇ ਗਾਹਕ ਆ ਮੇਰੇ ਮਸਲਨ ਤੁਸੀਂ ਮਿਸਾਲ ਦੇ ਤੌਰ ਤੇ ਹੁਣੀ ਮੈਂ ਚੋਲ ਜਦੋਂ ਕਹਿਣਾ ਨਾ ਤੋਲ ਦੇ ਵੀ ਜੋ ਪੰਜ ਦਾਣੇ ਘੱਟ ਤੂੰ ਦੇਣੇ ਆ छोटी नवी आइटम आई है यूट्यूब ते आई है मैं ओदा तेनु नंबर सेंड कर दूं ਮੈਂ ਖਾਣ ਪੀਣ ਦੀਆਂ ਗੱਲਾਂ ਚ ਕਹਿ ਰਹੀ ਆ ਨਵੀਂ ਆਈਟਮਾਂ ਤੂੰ ਪਹਿਲੇ ਪੁਰਾਣੀਆਂ ਤੇ ਪੂਰੀਆਂ ਲੈ ਲਾ ਨਵੀਆਂ ਦੇ ਪਿੱਛੇ ਇੰਜ ਪਈ ਜਿੱਦਾਂ ਤੂੰ ਪੈਸੇ ਬੋਝੇ ਚ ਲੈ ਕੇ ਆਈ ਅੱਛਾ ਨਾ ਪੱਤੀ ਦੱਸ ਕਿਹਦੀ ਚ ਵਧੀਆ ਵਾ ਬਾਜੀ ਉਹ ਲਿਪਟਨ ਆ ਵਾਈਟਲ ਆ ਉਸ ਤੋਂ ਬਾਅਦ ਟਰਪਾਲ ਆ ਆਪਣੇ ਕੋ ਸੁਪਰੀਮ ਵੀ ਆ ਨਹੀਂ ਨਹੀਂ ਇਹ ਤੋਂ ਲਾਵਾ ਫਿਰ ਗੁਰੂ 300 ਲੈ ਆ ਉਹ ਵੀ ਪੱਤੀ ਅੱਛੀ ਆ ਜ਼ੋਰ ਰਾਜਾ ਜਾਨੀ ਲੈ ਆ ਇਹ ਚਾਹੇ ਵਾਲੀ ਚਾਹੀਦੀ ਆ ਤੇ ਚਾਹੇ ਵਾਲੀਆਂ ਤੈਨੂੰ ਪਸੰਦ ਨਹੀਂ ਹੈ ਕਿੰਨੇ ਪੈਸੇ ਮੈਨੂੰ ਤੇ ਮਿਲ ਰਹੇ ਆ ਮੈਂ ਇੱਕ ਪ੍ਰੋਗਰਾਮ ਕਰਾਂ ਤੇ ਮੈਨੂੰ ਤੇ 2-2 ਲੱਖ ਐਵੇਂ ਮਿਲ ਜਾਂਦੇ ਆ ਅੱਛਾ ਜੀ ਵਾਹ ਮੈਂ ਤੇ ਤੇਰੇ 4500 ਤਰਲੇ ਕਰਾਂ ਤੇ ਮੈਨੂੰ 4500 ਨਹੀਂ ਲੱਭਾ ਜੀ ਤੂੰ ਛੱਡ ਤੇ ਦੇਖ ਮੈਂ ਹਿਸਾਬ ਕਰਦੀ ਕਿਉਂ ਛੱਡਾਂ ਮੇਰੇ ਪੈਸੇ ਆ ਹੱਕ ਲਾਲਦੇ ਆ ਮੈਂ ਸ਼ੋਸ਼ੂ ਕਰਕੇ ਨਹੀਂ ਕਮਾਉਣਾ ਅੱਛਾ ਤੂੰ ਕੈਚਪ ਤਾਂ ਦੱਸ ਕੈਚਪ ਅੱਛੀ ਸੀ ਮੈਂ ਪਰਸੋਂ ਖਾਦੀ ਉਹਦੇ ਨਾਲ ਨਾ ਚਿਪਸ ਬੜੀ ਅੱਛੀ ਲੱਗਦੀ ਆਹੋ ਤੂੰ ਮੈਨੂੰ ਕਾਲੇ ਰੰਗ ਦੀ ਕੈਚਪ ਦੇ ਦੇ ਹੈ ਕਿਹੜੇ ਰੰਗ ਦੀ ਕਾਲੇ ਰੰਗ ਦੀ ਲਾਲ ਰੰਗ ਦੀ ਹੁੰਦੀ ਆ ਮੇਰੀ ਭੈਣ ਲਾਲ ਰੰਗ ਤੋਂ ਨਾ ਮੈਂ ਬੋਰ ਹੋ ਗਈ ਆ ਲਾਲ ਰੰਗ ਦੀ ਕੈਚਪ ਖਾ ਕੇ ਮੇਰਾ ਫੇਵਰਟ ਰੰਗ ਨਾ ਕਾਲਾ ਵਾ ਤੂੰ ਮੈਨੂੰ ਕਾਲੇ ਰੰਗ ਦੀ ਕੈਚਪ ਦੇ ਜਿਹੜੇ ਰੰਗ ਤੋਂ ਤੂੰ ਬੋਰ ਹੋ ਜਾਂਦੀ ਉਹਨੂੰ ਛੱਡ ਦੇਨੀ ਹਾਂ ਤੇ ਭੈਣ ਦਾ ਰੰਗ ਕੀ ਆ ਉਹ ਰੰਗ ਬਦਲਦੇ ਰਹਿੰਦੇ ਆ ਇਸ ਵਾਸਤੇ ਨਹੀਂ ਛੱਡਿਆ ਅੱਛਾ ਇੱਕ ਰੰਗ ਦਾ ਬੰਦਾ ਨਹੀਂ ਆ ਹਾਂ ਬੜੀ ਗੱਲ ਏ ਕੈਚਪ ਲੈਣੀ ਕਿਹੜੀ ਤੁਸੀਂ ਦੱਸਿਆ ਤੇ ਆ ਕਾਲੇ ਰੰਗ ਦੀ ਕਾਲੇ ਰੰਗ ਦੀ ਨਾ ਹਜੇ ਮਾਰਕੀਟ 'ਚ ਨਹੀਂ ਆਈ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਜਦੋਂ ਆਈਏਗੀ ਮੈਂ ਇਨਸ਼ਾਅੱਲਾ ਉਹ ਮੇਰੇ ਖਿਆਲ ਨਾਲ ਤੁਹਾਡੇ ਮਰਨ ਤੋਂ ਬਾਅਦ ਆਏਗੀ ਜਦੋਂ ਗੱਲ ਕਰੇਗਾ ਨਾ ਮੈਨੂੰ ਸਾਲ ਹੀ ਕਰੇਗਾ ਹਾਂ ਜੀ ਹਾਂ ਤੁਹਾਡੇ ਕੋਲ ਤੇ ਲੋਕ ਤਵੀਜ਼ ਕਰਾ ਕੇ ਜਾਂਦੇ ਆ ਤੇਰੀ ਦੀਵਾਨਾ ਤੇ 3 ਬੱਚੇ ਹੋ ਗਏ ਨਾ ਪਿਛਲੇ ਮਹੱਲੇ 'ਚ ਅੱਛਾ ਤੂੰ ਮੈਨੂੰ ਉਹ ਦੱਸ ਆਟਾ ਹੈਗਾ ਵਾ ਹਾਂ ਜੀ ਬਾਜੀ ਆਟਾ ਹੈ ਵਾ ਕਿੰਨੇ ਕਿਲੋ ਦਾ ਥੇਲਾ ਵਾ ਥੇਲਾ ਵਾ 10 ਕਿਲੋ ਦਾ 20 ਕਿਲੋ ਦਾ ਪਰ ਪੈਸੇ ਆ ਨਹੀਂ ਤੂੰ ਮੈਨੂੰ ਨਾ ਪਾਈ ਗਿਆ ਆਟੇ ਦਾ ਥੇਲਾ ਕੱਢ ਕੇ ਦੇ ਚੱਲ ਮੇਰਾ ਭਰਾ ਨਾ ਪਾਈ ਆਟੇ ਦਾ ਥੇਲਾ ਬਾਜੀ ਮੇ ਕੋਈ ਛਾਪਰ ਨਹੀਂ ਹੈ ਪਾਈਆ ਦਾ ਮਹਿਮਾਨ ਆ ਰਹੇ ਘਰ ਤੁਸੀਂ ਪਾਈ ਆਟਾ ਇਕੱਠਾ ਹੀ ਲੈ ਰਹੇ ਕਿਹੜੇ ਟਰੱਕ ਤੇ ਆਏ ਤੁਸੀਂ ਪਾਈ ਆਟਾ ਲੈਣ ਤੈਨੂੰ ਨਹੀਂ ਪਤਾ ਕਿ ਇੱਥੇ ਦੁਕਾਨਾਂ ਲੈਣ ਰੱਖੇ ਕਿ ਤੂੰ ਹੀ ਨਹੀਂ ਰੱਖਿਆ ਜਾਣ ਕੇ ਤੂੰ ਮੈਨੂੰ ਪਤਾ ਵਾ ਕਿ ਤੂੰ ਨਾ ਲੁੱਟਦਾ ਵਾ ਲੋਕਾਂ ਨੂੰ ਹਾਂ ਪਾਈਆ ਨੂੰ ਲੁੱਟਦਾ ਮੈਂ ਆਹ ਪਾਈਆ ਆਟੇ 'ਚ ਕੀ ਕਰ ਲੂੰ ਮੈਂ ਦੱਸ ਦੇ ਦੁਬਈ ਦਾ ਟੂਰ ਹੋਈਏ ਤੇਰੇ ਪਾਈਆ ਆਟੇ 'ਚ ਭਾਂਡੇ ਧੋਣ ਵਾਲੀ ਕੁੱਚੀ ਹੈਗੀ ਆ ਹਾਂਜੀ ਹੈ ਵਾ ਤੁਹਾਡੇ ਮੂੰਹ ਤੇ ਮਾਰ ਲੈ ਸਾਫ਼ ਹੋ ਜਾ ਸ਼ਾਇਦ ਕਿਉਂ ਮੇਰੇ ਮੂੰਹ ਤੇ ਤਰੀ ਡੁੱਲੀ ਲੱਗਦਾ ਤੇ ਇੰਜੀ ਆ ਹੋਰ ਦੱਸੋ ਤੁਸੀਂ ਆਟਾ ਕਿੰਨਾ ਲੈਣਾ ਸਾਬਣ ਹੈਗਾ ਹੱਥ ਧੋਣ ਵਾਲਾ ਹਾਂ ਮੈਂ ਹੱਥ ਧੋ ਲੈਣਾ ਵਾ ਅੱਗੇ ਦੱਸੋ ਚੀਜ਼ ਕਿਹੜੀ ਲੈਣੀ ਫੇਰ ਆਟਾ ਪੈਕ ਕਰਨਾ ਹੈ ਕਿੰਨਾ ਪਾਇਆ ਕੁਛ ਵਧਾ ਲਾ ਅੱਲਾ ਨਾ ਕਰੇ ਤੇਰੇ ਘਰ ਪਰੌਣਾ ਆ ਜਾਵੇ ਤੂੰ ਡੇੜ ਪਾ ਕਰ ਦੇ ਫੇਰ ਤੂੰ ਤਾਂ ਚਾਹੁੰਦਾ ਮੇਰੇ ਵੱਲ ਬਿੱਲ ਬੋਤਾ ਬਣੇ ਅੱਛਾ ਪਰੌਣੇ ਆਣ ਤੇ ਫੇਰ ਡੇੜ ਪਾ ਆਹੋ ਮੈਂ ਕਹਿੰਦਾ ਕਿਲੋ ਕਰ ਲਓ ਚੋਰ ਵੀ ਆ ਸਕਦੇ ਤੁਹਾਡੇ ਘਰ ਨਾ ਚੋਰਾਂ ਨੇ ਮੇਰੇ ਘਰ ਹੀ ਆ ਕੇ ਰੋਟੀ ਖਾਣੀ ਆ ਆਣੀ ਹੁਣ ਮੈਨੂੰ ਕੀ ਪਤਾ ਲੈਣ ਆਉਣਗੇ ਨਾ ਕਿਉਂਕਿ ਤੇਰੇ ਰਿਸ਼ਤੇਦਾਰ ਚੋਰ ਨੇ ਚੋਰੀ ਕਰਨ ਨਹੀਂ ਆਉਣਾ ਤੇਰੇ ਖਾਲੀ ਘਰ 'ਚ ਕੌਣ ਚੋਰੀ ਕਰਦਾ ਦੱਸ ਵੈਸੇ ਸੁਣ ਸੁਣ ਆਉਣਗੇ ਬਹੁਤੀਆਂ ਗੱਲਾਂ ਨਾ ਸੁਣਾ ਚੱਲ ਤੂੰ ਪੈਕ ਕਰ ਓਕੇ ਹੋ ਗਿਆ ਇਹ ਜੀ ਕਿਲੋ ਕਰ ਦੇਣਾ ਕਿਲੋ ਆਟਾ ਆਪ ਹੀ ਹੱਥ ਤੋਂ ਲਏ ਮੈਂ ਆਹੋ ਆਪ ਹੀ ਹੱਥ ਅੱਗੇ ਹੋਰ ਬਰਿਆਨੀ ਬਰਿਉਨੀ ਦਾ ਪਤਾ ਤੁਹਾਨੂੰ ਦੁਨੀਆ 'ਚ ਆਈ ਆ ਉਹਦਾ ਵੀ ਮਸਾਲੇ ਆ ਸਾਡੇ ਪਤਾ ਵਾ ਮੇਰੇ ਤੇ ਹੱਥ ਦੇ ਵਿੱਚ ਇੰਨਾ ਟੇਸਟ ਆ ਮੈਂ ਤੇ ਮਸਾਲੇ ਨਾ ਯੂਜ਼ ਕਰਾਂ ਉਂਝ ਹੀ ਤੇ ਫਿਰ ਰਾਸ਼ਨ ਰਹਿਣ ਦੋ ਸਾਰੇ ਘਰ ਦੇ ਹੱਥ ਹੀ ਖਾਈ ਜਾਣ ਐਡਾ ਟੇਸਟ ਆ
तू आंडे दस मार लेना नहीं आंडे कौन दिंदा वीर दुकान ते मेनू आंडे दा डीलर आ जेड़ा ओही दिंदा साडे पिंड ते मुर्गियां दिंदियां सी इत्थे भी मेरी भैन मुर्गियां ही दिंदियां वा फिर मुर्गियां आला सानू अगे लिया के दिंदा ਇੰਨੀ ਮੈਂ ਕੀ ਕਰੀ ਜਾਂ ਨਹੀਂ ਗੈਸ ਨਾ ਆਈ ਵੇ ਮੂੰਹ ਚ ਤੇਰੇ ਸਟਾਈਲ ਆ ਹਾਂ ਵੀਰਾ ਖਾਨ ਦਾ ਸਟਾਈਲ ਹੁੰਦਾ ਬਹੁਤ ਇਹ ਸਟਾਈਲ ਨਾ ਮੇਰੇ ਮੂੰਹ ਤੇ ਨਾ ਤੂੰ ਚਿੱਟੇ ਪਾ ਦੇ ਅੱਛਾ ਤੂੰ ਨਾ ਮੈਨੂੰ ਨਾ ਇੱਕ ਦਰਜਨ ਕਰ ਦੇ ਡੱਡੂ ਦੇ ਅੰਡੇ ਹੈ ਡੱਡੂ ਦੇ ਅੰਡੇ ਅੱਬੂ ਦੇ ਅੰਡੇ ਨਹੀਂ ਹੈ ਮੇਰੇ ਕੋਲ ਵੇ ਅੱਬੂ ਦੇ ਨਹੀਂ ਡੱਡੂ ਦੇ ਅੰਡੇ ਨਾਲੇ ਹੁਣ ਤੂੰ ਕਹਿ ਕੇ ਢੀ ਤੁਹਾਡੇ ਮੁਰਗੀਆਂ ਦਿੰਦੀਆਂ ਮੈਂ ਹੁਣ ਡੱਡੂ ਦੇਣ ਲੱਗ ਪਏ ਨਾ ਮੁਰਗੀ ਦੇ ਸਕਦੀ ਡੱਡੂ ਕਿਉਂ ਨਹੀਂ ਦੇ ਸਕਦਾ ਅੰਡਾ पता नहीं मैं पढ़िया नहीं है इस बारे बाकी डड्डू दे अंडे तुसी रहन दो डड्डू दा शवारमा मजेदार हुंदा वो मंगा दा ते बाजी होर कुछ सोच रही हां मैं होर कीदी कीदी शै रहंदी आ मैं तां दसदा वां ए ए ब्रेड रहंदी आ जैम रहंदा वा ते मेरा 4500 रहंदा पिछला साब करके ही जावांगी साब ते मैं ला रहा वां चल मैं तेरे लिए एक शै रखियां लियावां हां कीदी शै वा मेरे लिए रखी दो आ इस्तेमाल करिया करो एदी अशद जरूरत है तानू ए फ्री है मेरे नाल बोती ना तेनू अशद तो भी अशद जरूरत है आ टूथपेस्ट दी आहो तू तो मेरे टूथपेस्ट ही पै गई है अच्छा चल तू होर ना किदी शहर आ गई ले आ की ले याद आया सी ना तो याद आया सी इधरों मेरे जे अखां च पानी आ जांदा ए क्यों ओते लेना भूल गई हां क्यों हाँ क्यों दा की रेट आ क्यों दा क्यों के ये महंगा हो रहा है आजकल ये 450 रुपए किलो है साढ़े को जेड़ा हो ते ऑयल ऑयल भी ये ही है 10 रुपए महंगा अच्छा किरा किरा तेल रखे आवा तेल मैं रखे आवा जी दाता रखे आ डालडा रखे आ कश्मीर आ मेरे को सोया आवा सोया सुप्रीम और तुसी केड़ा लेना मैं जानदा वा ਇਹ ਕਿੰਨੀ ਕਿੰਨੀ ਰੇਂਜ ਆਂਦੇ ਆ ਇਹ ਰੇਂਜ ਹੀ ਹੁੰਦੇ ਨੇ ਰੇਂਜ ਹੀ ਨਹੀਂ ਹੁੰਦੇ ਬਾਜੀ ਇਹ ਡਾਲੇ ਚ ਹੁੰਦੇ ਤੂੰ ਨਾ ਮੈਨੂੰ ਇੰਜ ਕਰ ਤੂੰ ਮੈਨੂੰ ਸਰੋਂ ਦਾ ਤੇਲ ਦੇ ਦੇ ਮੈਂ ਉਹ ਹਾਂਡੀ ਚ ਪਾ ਲਾਂਗੀ ਇਹ ਸਸਤਾ ਪੈਣਾ ਵੇ ਤੈਨੂੰ ਹਜ਼ਮ ਹੋ ਜੂਗੀ ਕੋਈ ਸ਼ਾਇਦ ਸਰੋਂ ਦੇ ਤੇਲ ਚ ਪਕਾ ਕੇ ਸਾਰਾ ਕੁਝ ਹਜ਼ਮ ਕਰ ਲੈਂਦੇ ਮੇਰੇ ਘਰ ਵਾਲੇ ਹੂੰ ਤੇਰੀਆਂ ਗੱਲਾਂ ਹਜ਼ਮ ਕਰ ਲੈਣੇ ਜਿੱਦਾਂ ਤੂੰ ਮੇਰਾ 4500 ਹਜ਼ਮ ਕਰ ਗਈਆਂ ਨਾ ਪਰ ਨਹੀਂ ਕਰਨ ਦੇਣਾ ਮੈਂ ਉਹ ਮੈਨੂੰ ਦੇਣਾ ਤੂੰ ਅੱਜ ਅੱਛਾ ਚੱਲ ਕਿੰਨਾ किलो दा पैकेट कर दे एक किलो आयल हाथ धो तो के हाँ ओके साबन ते दे दे भांडे धोने वाला क्यों मेरी सास दा मुंह भांडे वरगा ना ओ थोड़ा हुंदा क्यों मतलब लेंदे आ बंदा साबन भांडे धोने हुंदे आ ओके जी ओ भी किन्ने ओ जड़ी निक्के निक्के 4-5 टिक्कियां कठिया नहीं हुंदियां बार है बार लॉन्ग बार बार दे दे एक लॉन्ग मार लेमन मैक्स हाथ धो तो के नहीं और तू छाड़ो ते आप साबण हां हुन ना हाथ धोवा मेनू आदत पा के आप तो कहनी पी हुन हाथ ना धो ए भांडे धोई दे ओना साबण गंदा करना तू हाथ धो तो के चीज गंदी करनी मैं जीवें ए बाजी ताडे हो गया 6440 रुपए ते पिछला 6400 रुको रुको 6440 जमा 45 ताडे वा 10090 देना तुसी बस नहीं नहीं 10940 बस हां जी बस अबीरा खान वास्ते 10000 की देन पता मैं ते एक सूट 20000 दा पा लेंदी हां अल्लाह पाक तेनू होर देवे मेरी भैन अल्लाह पाक तेनू 25000 दा सूट देवे पर उस तो पहले ए भैन मेनू मेरा 10940 रुपया दे तू ना मेनू लाल मिर्चा भी दे दे नजर नजर लग जांदी लाणी हुंदी ओ साबत नहीं लाल मिर्चा नजर इंज वार के ते चुल्ले च पाई दी ना हां 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 मैं लाया ते नजर लग जाण मेरी दौलत नु तो मिर्चा भी कर दे तू नहीं तेरी दौलत नु नजर नहीं लगेगी पहले मेरे हाथ ते लगे तेरी दौलत हां हां तेरा हिसाब किताब मैं करके जावांगी टेंशन ना ले कदों करके जाएंगी मरण लगी करके जाएंगी मेरी नहीं और तो पहले ही करके जावांगी पागला उस तो पहले नहीं आज ही करके जाएंगी आहो चलो मर्चा भी कर दे ते होर और कुछ शहर है तो नहीं ना गई नहीं अपने ओ पए ने अचार अचार नहीं इस्तेमाल कर दे ये बहुत रोल लगे आजकल ना ये कितना रोल लगे
ਨਾ ਹਰ ਦੂਜਾ ਬੰਦਾ ਚਾਰ ਵਿੱਚ ਲੱਗ ਗਿਆ ਕਿਉਂ ਜਿਹਨੂੰ ਵੇਲੇ ਨਾਲ ਸਮਝ ਆ ਜਾਂਦੀ ਨਾ ਹੋਰ ਕੁਛ ਤੇ ਹੋਣਾ ਕੱਖ ਨਹੀਂ ਆ ਤੇ ਫਿਰ ਇਹੀ ਕੰਮ ਸਹੀ ਆ ਆਓ ਉਬੜੇ ਨਕਲੀਏ ਇਹ ਆਏ ਆ ਆਚਾਰ ਵਾਲੇ ਪਰ ਜਿਹੜਾ ਸ਼ੰਗਰੀਲਾ ਦਾ ਤੇ ਨੈਸ਼ਨਲ ਦਾ ਆਚਾਰ ਹੈ ਨਾ ਇਹਨਾਂ ਦੀ ਤੇ ਮਿਸਾਲ ਹੀ ਨਹੀਂ ਨਾ ਸ਼ਾਇਦ ਵੀ ਆ ਮੇਕੋ ਨਾ ਤੂੰ ਰਹਿਣ ਦੇ ਸ਼ਾਇਦ ਕਿਉਂ ਨਜ਼ਾਇਰ ਵਰਗੇ ਕੋੜੇ ਬੰਦੇ ਸ਼ਾਇਦ ਰੱਖਣ ਤੇ ਚੰਗੇ ਲੱਗਦੇ ਅੱਬਾ ਜੀ ਮੇਕੋ ਕਸਟਰਡ ਵੀ ਆ ਤੇ ਕੀ ਕਰਾਂ ਉਹਦਾ ਆਰਡਰ ਕਰਨਾ ਵਜਾ ਕੱਲ ਨਾ ਕਰ ਤੂੰ ਭੁੱਖੀ ਪੈ ਗਈ ਹੋਰ ਕੁਝ ਲੈਣਾ ਕਿ ਨਹੀਂ ਹੁਣ ਤੂੰ ਕਹਿੰਦੇਗਾ ਉਹ ਦੇਖ ਗੁਲਾਬ ਜਾਮਨ ਬਣਾਉਣ ਵਾਲਾ ਉਹ ਹੀ ਆ ਹਾਂ ਲਜ਼ੀਜ਼ਾ ਦੀ ਖੀਰ ਵਾ ਫਿਰਨੀ ਆ ਰਸ ਖੀਰ ਆ ਮੇ ਰਸ ਖੀਰ ਨਹੀਂ ਰਸ ਮਲਾਈ ਹੁੰਦੀ ਬਸ ਮੈਂ ਹੀ ਪਤਾ ਕਰਨਾ ਸੀ ਲੈਣੀ ਨਹੀਂ ਆ ਤੁਹਾਡੇ ਘਰ ਤੇ ਦੁੱਧ ਹੀ ਨਹੀਂ ਆਉਂਦਾ ਹੁਣ ਜਿੰਨਾ ਤੂੰ ਧਾਰ ਕਰਦੀ ਹੁਣ ਹੋਰ ਕੋਈ ਸ਼ੈ ਬਾਜੀ ਕੋਈ ਸ਼ੈ ਨਹੀਂ ਰਹਿ ਗਈ ਚੱਲ ਚੱਲ ਤੂੰ ਬਿੱਲ ਬਣਾ ਬਿੱਲ ਬਣ ਗਿਆ ਵਾ 10,940 ਹੁਣ ਬਸ ਤਾਂ ਤੁਸੀਂ ਜ਼ੇਨ ਬਣਾਉਣਾ ਆਪਣਾ ਪੈਸੇ ਦੇਣ ਦੇਖ ਜਾਵਾਂਗੀ ਕੋਈ ਟੈਨਸ਼ਨ ਤੈਨੂੰ ਕੀ ਪਤਾ ਕਿ ਅੱਜ ਕੱਲ ਤੇ ਮੈਂ ਜ਼ੇਵਰ ਵੀ ਬਣਾਇਆ ਤੈਨੂੰ ਪਤਾ ਓਈ ਦੀਦੀ ਤੇਰਾ ਜ਼ੇਵਰ ਦੀਵਾਨਾ ਓਏ ਰਾਮ ਵੇ ਸੋਨੇ ਦਾ ਜ਼ੇਵਰ ਸੋਨੇ ਦਾ ਤੇ ਮੈਂ ਵੀ ਤੇ ਓਹੀ ਕਹਿੰਦੇ ਆ ਨਹੀਂ ਅੱਛਾ ਤੂੰ ਨਾ 에ਅਰ ਫਰੈਸ਼ਨਰ ਹੈਗਾ ਹਾਂਜੀ ਹੈ ਤੇ ਥੋੜਾ ਛਿੜਕ ਵੀ ਲੈ ਬੋ ਜਈ ਆਂ ਦਈ ਇਹ ਕਿਦਾਂ ਦੀ ਬਾਤ ਤੂੰ ਗੱਲ ਕਰ ਅੱਛਾ ਚੱਲ ਤੇਰਾ ਬਣਿਆ 10,900 ਨਾ 40 ਚੱਲ ਕੋਈ ਨੀ ਲਿਖ ਲੈ ਕਾਪੀ ਚ ਉਹ ਚ ਲਿਖ ਲੈ ਕਿੱਥੇ ਉਹ ਜਿਹੜੀ ਆਪਣੇ ਖਾਤਾ ਆ ਖਾਤੇ ਵਾਲੀ ਕਾਪੀ ਚ ਲਿਖਾ ਇਹ ਮੈਂ ਲਿਖ ਲਿਆ ਵਾ ਮੈਂ ਜ਼ੇਨ ਚ ਲਿਖ ਲਿਆ ਦਿਲ ਤੇ ਲਿਖ ਲਿਆ ਵਾ ਕਿ ਤੈਨੂੰ ਅੱਗੇ ਤੋਂ ਧਾਰ ਨਹੀਂ ਦੇਣਾ ਪੈਸੇ ਦਊਂਗੀ ਸਮਾਨ ਲੈ ਜਾ 4500 ਜੇ ਨਾ ਦਿੱਤਾ ਤੇ ਮੈਂ ਤੈਨੂੰ ਆ ਉੱਥੇ ਬੰਨ ਲੈਣਾ ਦੇਖ ਵੀਰੇ ਮੇਰਾ ਨਾ ਵਾਲਟ ਘਰ ਰਹਿ ਗਿਆ ਦਰਸ ਤੇਰਾ ਵਾਲਟ ਘਰ ਰਹਿ ਗਿਆ ਵਾ ਤੇਰੇ ਵਾਲਟ ਸਾਹ ਨਹੀਂ ਉਹਦੇ ਵਿੱਚ ਮੇਰੇ ਕ੍ਰੈਡਿਟ ਕਾਰਡਸ ਵੀ ਆ ਚੈੱਕ ਬੁੱਕ ਵੀ ਆ ਤੇ ਉਹਦੇ ਵਿੱਚ ਮੇਰੇ ਕੋਲ ਇੰਨਾ ਬੜਾ ਕੈਸ਼ ਵੀ ਆ ਉਹ ਥੋੜਾ ਭਾਰਾ ਸੀ ਮੈਂ ਸਾਈਡ ਤੇ ਰੱਖਿਆ ਉੱਥੇ ਹੀ ਭੁੱਲ ਗਈ ਚਲੋ ਕੋਈ ਨਹੀਂ ਤੁਸੀਂ ਇਹ ਸਮਝੋ ਤੁਸੀਂ ਨਾ ਆਰਡਰ ਦੇ ਕੇ ਭੁੱਲ ਗਏ ਤੇ ਸਿਖਾਵਾਂਗੇ ਕੀ ਤੁਸੀਂ ਨਾ ਫਿਰ ਇਦਾਂ ਕਰ ਲਓ ਸਾਡੇ ਇੱਥੇ 26 ਤਰੀਕ ਨੂੰ ਨਾ ਉਰਸ ਹੁੰਦਾ 26 ਅਕਤੂਬਰ ਤੇ ਤੂੰ ਉੱਥੇ ਆ ਕੇ ਲੰਗਰ ਕਰ ਉਰਸ ਕੀ ਰਵਾ ਉਰਸ ਪੀਰਾਂ ਦਾ ਸਾਡੇ ਪੀਰ ਨੇ ਪੀਰ ਸੀਦ ਇਫਤਖਾਰ ਸ਼ਾਹ ਗਿਲਾਨੀ ਉਹਨਾਂ ਦਾ ਉਰਸ ਹੁੰਦਾ ਹੈ ਤੇ ਆ ਜਾਏਗੀ ਨਾ ਮੈਂ ਤੈਨੂੰ ਬਾ ਕੇ ਰੋਟੀ ਖਵਾਉਂਗਾ ਤੇਰੇ ਪੂਰੇ ਟੱਬਰ ਨੂੰ ਰੋਟੀ ਖਵਾਉਂਗਾ ਮਤਲਬ ਤੂੰ ਰਾਸ਼ਨ ਨਹੀਂ ਦੇਣਾ ਨਹੀਂ ਮੈਂ ਰਾਸ਼ਨ ਨਹੀਂ ਦੇਣਾ ਨਾ ਇੱਕ ਦਿਨ ਤੇ ਤੂੰ ਲੰਗਰ ਖਵਾ ਦੇਗਾ ਅਗਲੇ ਦਿਨ ਕੀ ਕਰਨਾ ਸਾਡੇ 18 ਸਾਲ ਤੋਂ ਇਹ ਮੇਲਾ ਹੁੰਦਾ ਵਾ ਤੂੰ ਸਾਲ ਦੀ ਸਾਲ ਆਈ ਆ ਕਰੀ ਮੈਂ ਤੈਨੂੰ ਪੂਰੇ ਸਾਲ ਦਾ ਦੇ ਦਿਆ ਕਰੀ ਇੰਨਾ ਪੱਕਦਾ ਵਾ ਹਾਂਜੀ ਬਸ ਪੀਰਾਂ ਦੀ ਦੁਆ ਤੂੰ ਵੀ ਕਿਸੇ ਪੀਰ ਦੇ ਲੜ ਲੱਗ ਗਿਆ ਕਿ ਤੈਨੂੰ ਪੈਸੇ ਦੇਣੇ ਆ ਯਾਰ ਤੇ ਗੱਲ ਸੁਣ ਮੇਰੀ ਮੇਰਾ ਤੇਰੀ ਮੈਂ ਗੱਲ ਕਿਉਂ ਸੁਣਾਂ ਤੂੰ ਕੀ ਤੂੰ ਮੇਰੀ ਸੁਣਨੀ ਪਈ ਐ ਤੂੰ 3 ਮਹੀਨਿਆਂ ਤੋਂ ਮਤਲਬ ਤੂੰ ਤੇ ਪਹਿਲੇ ਹੀ ਰਾਸ਼ਨ ਨਹੀਂ ਦੇਣ ਦਿਆ ਤੇ ਤੂੰ ਮੈਨੂੰ ਕਿੱਥੋਂ ਦੇਣਾ ਬੋਡੀ ਸਪਰੇਅ ਦੇਖ ਜਰਾ ਹਾਂ ਬੋਡੀ ਸਪਰੇਅ ਮੈਂ ਤੈਨੂੰ ਦੇ ਦੂੰਗਾ ਕਿਉਂਕਿ ਤੇਰੀ ਗੈਰਤ ਵੀ ਮਰੀ ਪਈ ਆ ਬੋ ਵੀ ਮਰ ਜੇ ਤੇ ਚੰਗੀ ਗੱਲ ਦਰ ਫਿੱਟੇ ਮੂੰਹ ਤੇਰੀ ਸ਼ਕਲ ਤੇ ਮੈਂ ਤੈਨੂੰ ਸੌਦਾ ਨਹੀਂ ਦੇਣਾ ਜਿੰਨੀ ਦੇਰ ਤੱਕ ਤੂੰ ਮੈਨੂੰ ਪਿਛਲੇ ਪੈਸੇ ਨਹੀਂ ਦੇਣਾ ਤੂੰ 26 ਤਰੀਕ ਨੂੰ ਇੱਥੇ ਕੀਰਕੋਟ ਆ ਜਿਹੜਾ ਸਾਡਾ ਮਹੱਲਾ ਨਿਸ਼ਾਰ ਕਲੋਨੀ ਆ ਇੱਥੇ ਉਰਸ ਤੇ ਆਈਏ ਮੈਂ ਤੈਨੂੰ ਰੋਟੀ ਖਵਾ ਦੂੰਗਾ ਹੋਰ ਮੈਂ ਕੁਛ ਨਹੀਂ ਕਰ ਸਕਦਾ ਮੈਂ ਪੂਰੇ ਸਾਲ ਦਾ ਲੰਗਰ ਲੈ ਕੇ ਜਾਣਾ ਹੀ ਫਿਰ ਲੈ ਜੀ ਚੱਲ ਮੈਂ ਦੇਗਾ ਲੈ ਕੇ ਆਣੀ ਆ ਪਤੀਲੇ ਵੱਡੇ ਮੈਂ ਕਹਿੰਦੇ ਆ ਪਤੀਲੇ ਕੰਟੇਨਰ ਲੈ ਆਈ ਉਹ ਭਰ ਦਾਂਗੇ ਤੈਨੂੰ ਸਾਡੇ ਕੋਲ ਬੜਾ ਲੰਗਰ ਹੁੰਦਾ